ਅੱਛਾ ਚੰਦੂ ਮਾਜਰਾ ਸਾਹਿਬ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਏਗਾ? ਐਮਪੀ ਵੀ ਰਹਿ ਚੁੱਕੇ ਹੋ, ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਹੋ, ਵਿਜੇ ਸਿੰਗਲਾ ਜੀ ਵੀ, ਹਾਲਾਂਕਿ ਐਮਪੀ ਵੀ ਰਹਿ ਚੁੱਕੇ ਨੇ, ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਨੇ, ਪਰ ਸੁਭਾਸ਼ ਸ਼ਰਮਾ ਜੀ ਬਿਲਕੁਲ ਪਹਿਲੀ ਵਾਰ ਚੋਣਾਂ ਲੜ ਰਹੇ ਨੇ। ਮਾਲਵਿੰਦਰ ਕੰਗ ਜਿਹੜੇ ਨੇ ਉਹ ਵੀ ਬੀਜੇਪੀ ਤੋਂ ਹੀ ਨਿਕਲੇ ਨੇ, ਪਰ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਲੜ ਰਹੇ ਨੇ, ਇਸਦਾ ਫਾਇਦਾ ਹੋਏਗਾ? ਦੇਖੋ, ਆਮ ਤੌਰ 'ਤੇ ਦੋ ਗੱਲਾਂ ਇੱਥੇ ਚੱਲ ਰਹੀਆਂ ਹਲਕੇ ਦੇ ਵਿੱਚ। ਇੱਕ ਤਾਂ ਲੋਕ ਮੈਨੂੰ ਆਪਣਾ ਸਮਝ ਰਹੇ ਨੇ, ਕਿਉਂਕਿ ਇਸ ਇਲਾਕੇ ਦਾ ਮੈਂ ਹੀ ਹਾਂ। ਮੈਂ ਅਤੇ ਮੇਰਾ ਪਰਿਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮਤਲਬ ਇੱਕ ਦਿਨ ਐਸਾ ਨਹੀਂ ਹੁੰਦਾ ਜੇ ਤੋਂ ਅਸੀਂ ਲੋਕਾਂ ਦੀ ਸੇਵਾ 'ਚ ਨਾ ਆਈਏ। ਅੱਛਾ, ਤੁਹਾਡਾ ਪਰਿਵਾਰ, ਕਿਉਂਕਿ ਅਸੀਂ ਦੇਖਦੇ ਹਾਂ ਤੁਹਾਡੇ ਬੇਟੇ ਨੇ ਹਰਿੰਦਰ ਪਾਲ, ਚੰਦੂ ਮਾਜਰਾ, ਸਿਮਰਨ, ਸਾਰੇ ਲੱਗੇ ਹੋਏ ਨੇ, ਉਹ ਕਿੰਨਾ ਕੁ ਟਾਈਮ ਦੇ ਪਾ ਰਹੇ ਨੇ? ਉਹ ਪੂਰਾ, ਉਹ ਮੇਰੇ ਨਾਲ ਵੱਧ ਨੇ, ਉਹ ਮੇਰੇ ਨਾਲ ਵੱਧ ਨੇ, ਉਹ ਤਾਂ ਇਸੇ ਕੰਮ 'ਤੇ ਲੱਗੇ ਰਹਿੰਦੇ ਆ ਪੂਰਾ ਜ਼ੋਰ ਸ਼ੋਰ ਨਾਲ। ਹਾਂਜੀ, ਉਹ ਮੇਰੇ ਤੋਂ ਪਹਿਲਾਂ ਚਲੇ ਜਾਂਦੇ ਆ, ਮੇਰੇ ਤੋਂ ਬਾਅਦ ਆਉਂਦੇ ਆ। ਤੁਹਾਨੂੰ ਲੱਗਦਾ ਕਿ ਮੋਹਾਲੀ 'ਚ ਰਹਿੰਦੇ ਹੋ, ਇਹ ਕਾਰਨ ਵੀ ਹੈ ਤੁਹਾਨੂੰ ਇਸਦਾ ਫਾਇਦਾ ਪਹੁੰਚੂਗਾ, ਕਿਉਂਕਿ ਤੁਸੀਂ ਕਹਿ ਰਹੇ ਹੋ ਜਿਹੜੇ ਦੂਜੇ ਕੈਂਡੀਡੇਟ ਨੇ ਉਹ ਸਾਰੇ ਬਾਹਰ ਰਹਿੰਦੇ ਨੇ? ਹਾਂ, ਇਸੇ ਦਾ ਬੜਾ ਬਹੁਤ ਜ਼ਿਆਦਾ, ਕਿਉਂਕਿ ਮੋਹਾਲੀ ਦੇ ਲੋਕ ਮਤਲਬ ਇਹ ਤਾਂ ਸਮਝਦੇ ਨਾ ਵੀ ਸਾਡਾ ਆਪਣਾ, ਅਤੇ ਦੂਜੇ ਜਿਹੜੇ ਮੁਕਾਬਲੇ 'ਚ ਸਾਡੇ ਆਏ ਆ ਉਹ ਤਾਂ ਵਿਚਾਰੇ ਬਿਲਕੁਲ ਨਵੇਂ ਬੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ, ਉਹ ਤਾਂ ਪੰਜ ਪਿੰਡਾਂ ਦੇ ਨਾਂ ਨਹੀਂ ਦੱਸ ਸਕਦੇ। ਮਾਲਵਿੰਦਰ ਕੰਗ ਨੂੰ ਤੁਸੀਂ ਇੱਥੇ ਖੜਾ ਕੇ ਪੁੱਛੋ ਕਿ ਪੰਜ ਪਿੰਡਾਂ ਦੇ ਨਾਂ ਦੱਸ ਵੀ ਕਿਹੜੇ ਆ ਨਵੇਂ ਸ਼ਹਿਰ ਦੇ, ਇਹ ਨਾ ਸਵਾਲ ਹੀ ਨਹੀਂ ਪੈਂਦਾ। ਇੱਕ ਪਿੰਡ ਦਾ ਨਾਂ ਨਹੀਂ ਲੈ ਸਕਦਾ, ਅਤੇ ਨਾ ਮਤਲਬ ਵਿਜੇਂਦਰ ਸਿੰਗਲਾ ਲੈ ਸਕਦਾ, ਅਤੇ ਅਸੀਂ ਇੱਥੇ ਜੰਮੇ ਪਲੇ, ਇੱਥੇ ਖੇਡੇ, ਅਤੇ ਕੁਦਰਤੀ ਤੌਰ 'ਤੇ ਲੋਕ ਮੈਨੂੰ ਆਪਣਾ ਸਮਝਦੇ ਨੇ। ਦੂਜਾ, ਪਾਰਲੀਮੈਂਟ ਵਿੱਚ ਜਾ ਕੇ ਜੋ ਮੈਂ ਸਰਵ ਸ਼੍ਰੇਸ਼ਠ ਸੰਸਦ ਅਵਾਰਡ 2 ਵਾਰ ਜਿੱਤਿਆ, ਕਿਹੜਾ ਸੰਸਦ ਆ ਵੀ ਜਿਹੜਾ ਸਭ ਤੋਂ ਵੱਧ ਸਵਾਲ ਪੁੱਛਦਾ, ਬਹਿਸ ਕਰਦਾ, ਆਪਣੇ ਹਲਕੇ ਦੇ ਲੋਕਾਂ ਨਾਲ ਰਾਬਤਾ ਕਰਦਾ, ਅਤੇ ਐਮ ਪੀ ਲੈਂਡ ਚੰਗੀ ਤਰ੍ਹਾਂ ਵਰਤਦਾ, ਇਹਦਾ ਮੈਗਜ਼ੀਨ ਇੰਡੀਆ ਫੇਮ ਨੇ ਸਰਵੇ ਕੀਤਾ, ਅਤੇ ਮੈਨੂੰ ਸਰਵ ਸ਼੍ਰੇਸ਼ਠ 25 ਟੌਪ ਦੇ ਐਮ ਪੀ ਦੇ ਵਿੱਚੋਂ ਮੈਨੂੰ ਲਿਆਂਦਾ। ਫਿਰ ਅਗਲੀ ਵਾਰੀ ਹੋਇਆ, 5 ਟੌਪ ਦੇ ਐਮ ਪੀਆਂ ਵਿੱਚ ਮੇਰਾ ਨਾਂ ਆਇਆ, UNO ਤੱਕ ਮੈਨੂੰ ਭੇਜਿਆ, ਅਤੇ ਇਸ ਕਰਕੇ ਲੋਕ ਮੈਨੂੰ ਇੱਕ ਸੀਜ਼ਨ ਮਤਲਬ ਤਜਰਬੇਕਾਰ ਐਮ ਪੀ ਦੇ ਤੌਰ 'ਤੇ ਗਿਣਦੇ ਨੇ, ਜਿਹੜੇ ਮੈਂ ਕੰਮ ਕਰਾ ਕੇ ਦਿਖਾਏ ਨੇ। ਮੈਂ ਜਲ੍ਹਿਆਂਵਾਲੇ ਬਾਗ ਦੇ ਗੇਟ 'ਤੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਵਾਇਆ, ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਪਾਰਲੀਮੈਂਟ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਸ਼ਰਧਾਂਜਲੀ 27 ਦਸੰਬਰ 2017 ਨੂੰ ਲਵਾਈ, ਸੱਜਣ ਕੁਮਾਰ ਨੂੰ ਅੰਦਰ ਕਰਵਾਇਆ, ਮੈਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਰਵਾਇਆ, ਮਤਲਬ ਲੈਂਡ ਐਕੁਜੀਸ਼ਨ ਐਕਟ ਮੋਦੀ ਸਰਕਾਰ ਲੈ ਕੇ ਆਈ ਸੀ, ਮੈਂ ਇਕੱਲਾ ਬੰਦਾ ਜਿਹਨੇ 10 ਅਮੈਂਡਮੈਂਟਾਂ ਉਹਦੇ ਅਗੇਂਸਟ ਪਵਾਈਆਂ, ਆਖਿਰ ਬਿੱਲ ਵਾਪਸ ਕਰਾਇਆ। ਆਹ NFL ਦਾ ਕਾਰਖਾਨਾ ਬੰਦ ਹੋਣ ਲੱਗਿਆ ਸੀ, ਇਹ ਅਸੀਂ ਬੰਦ ਹੋਏ ਆਰਡਰ ਰੱਦ ਕਰਾ ਕੇ ਦੁਬਾਰਾ ਚਲਾਇਆ। ਆਹ ਜਿਹੜੀ ਸੜਕ ਆ ਜਿਹਦੇ ਆਪਾਂ ਜਾਂਦੇ ਹਾਂ, ਚੰਡੀਗੜ੍ਹ ਤੋਂ ਜਲੰਧਰ 3 ਘੰਟੇ ਲੱਗਦੇ ਸੀ, ਜਿਹੜੇ ਹੁਣ 1.5 ਘੰਟੇ ਜਾ ਦਿੰਦੇ ਹਾਂ, ਇੰਨਾ ਵਧੀਆ ਇਹ ਹਾਈਵੇ ਬਣਾਇਆ। ਸੋ ਮੇਰਾ ਮਤਲਬ ਇੱਕੋ ਹਲਕਾ ਜਿੱਥੇ ਗੈਸ ਪਾਈਪ ਪ੍ਰੋਜੈਕਟ ਅਸੀਂ ਲੈ ਕੇ ਆਏ ਉਹ ਅਧੂਰਾ ਪਿਆ, ਅਜੇ ਅੱਗੇ ਨਹੀਂ ਵੱਧ ਸਕਿਆ, ਔਰ ਇਸੇ ਹਲਕੇ ਦੇ ਵਿੱਚ 27 ਅੰਡਰ ਰੇਲਵੇ ਪਾਸ ਬਣੇ, ਇਕੱਲੇ ਹਲਕੇ 27 ਪੰਜ ਸਾਲਾਂ 'ਚ, ਜਿਹੜੇ ਪੰਜਾਬ 'ਚ ਸਾਰੇ 'ਚ ਨਹੀਂ ਬਣੇ ਹੋਣੇ। ਸੋ ਇਸ ਕਰਕੇ ਐਸੇ ਕੰਮ ਹੋਏ ਨੇ, ਜਿਹੜੇ ਇੱਕ ਰੇਲ ਚਲਾਈ ਮੈਂ ਇੱਥੇ ਜੇਜੋ ਹਾਂ, ਨਾ ਸੋਰੀ ਰਾਹੋਂ, ਰਾਹੋਂ ਤੋਂ ਨਵਾਂ ਸ਼ਹਿਰ ਜਲੰਧਰ, ਆਹ ਕਰੋਨਾ 'ਚ ਬੰਦ ਹੋ ਗਈ, ਮੁੜ ਕੇ ਚੱਲੀ ਨਹੀਂ। ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਨੂੰ ਮੈਂ ਟ੍ਰੇਨ ਚਲਾਈ, ਹਜ਼ੂਰ ਸਾਹਿਬ ਅਤੇ ਪਾਟਨਾ ਸਾਹਿਬ ਨੂੰ ਜਹਾਜ਼ ਚਲਾਏ, ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਦਾ ਬਣਾਇਆ। ਯਾਨੀ ਐਮ ਪੀ ਬਣ ਕੇ ਐਸੇ ਇਤਿਹਾਸਿਕ ਕੰਮ ਹੋਏ ਨੇ, ਜਿਹੜੇ ਲੋਕ, ਮੈਂ ਤਾਂ ਇੱਕ ਸ਼ਰਤ ਲਾਉਣਾ ਵੀ ਮੇਰੇ 5 ਸਾਲਾਂ ਦੇ ਕੰਮ ਅਤੇ ਬਾਕੀ 70 ਸਾਲਾਂ 'ਚ ਜਿੰਨੇ ਐਮ ਪੀ ਰਹੇ ਉਹਨਾਂ ਦੇ ਕੰਮ, ਜੇ ਮੇਰੇ 10 ਗੁਣਾ ਵੱਧ ਨਾ ਹੋਣ 70 ਸਾਲਾਂ ਦੇ ਐਮ ਪੀਆਂ ਨੂੰ, ਤਾਂ ਮੈਨੂੰ ਕੋਈ ਵੋਟ ਨਾ ਪਾਇਓ। ਅੱਛਾ ਚੰਦੂ ਮਾਜਰਾ ਜੀ, ਫਿਰ 2019 'ਚ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ, ਰੀਜ਼ਨ ਕੀ ਰਿਹਾ?
ਮੈਂ ਕਹਿੰਦਾ 2019 ਚ ਮੇਰੀਆਂ ਵੋਟਾਂ ਵੱਧ ਸੀ, ਮੈਂ 2014 ਨੂੰ ਹਾਰ ਤਾਂ ਇਸ ਕਰਕੇ ਗਏ ਕਿ ਕਾਂਗਰਸ ਤੇ ਆਪ ਇਕੱਠੇ ਹੋ ਗਏ, ਕਾਂਗਰਸ ਤੇ ਆਪ ਨੇ ਸਾਂਝ ਪਾ ਲਈ, ਪਰ ਉਦੋਂ ਤਾਂ ਇਕੱਠੇ ਨਹੀਂ ਸੀਗੇ ਨਾ, ਵੋਟਾਂ 50,000 ਅੰਦਰ ਖਾਤੇ ਸਮਝੌਤਾ ਕਰ ਲਿਆ ਨਾ, ਉਹ ਤੋਂ ਪਹਿਲਾਂ 3 ਲੱਖ ਵੋਟ ਪੈਂਦੀ ਰਹੀ ਆ ਆਪ ਪਾਰਟੀ ਨੂੰ, ਕਿਤੇ 2.5 ਲੱਖ ਕਿਤੇ 3 ਲੱਖ, ਤੇ 2019 ਚ 50,000 ਇਕੱਲੇ ਆਪ ਪਾਰਟੀ ਨੂੰ, ਆਪ ਕਾਂਗਰਸ ਨਾਲ ਸੌਦੇਬਾਜ਼ੀ ਕਰ ਗਏ, ਤਾਂ ਹੀ ਤਾਂ ਅਸੀਂ ਹਾਰ ਗਏ। ਮੈਂ ਤਾਂ ਰਿਕਾਰਡ ਦੀ ਗੱਲ ਆ ਨਾ, 38,000 ਵੋਟ ਮੈਨੂੰ 2014 ਨੂੰ ਵੱਧ ਪਈ, ਹਾਰ ਇਸ ਕਰਕੇ ਗਏ ਕਿ ਕਾਂਗਰਸ ਤੇ ਆਪ ਦੋ ਇਕੱਠੇ ਹੋ ਗਏ। ਅੱਛਾ, ਹੁਣ ਗੱਲ ਕਰ ਲੈਂਦੇ ਹਾਂ ਜਸਵੀਰ ਸਿੰਘ ਗੜੀ ਜੀ ਦੀ, BSP ਦੇ ਪੰਜਾਬ ਦੇ ਪ੍ਰਧਾਨ ਨੇ, ਉਹ ਵੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਖੜੇ ਹੋ ਰਹੇ ਨੇ, ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ BSP ਤੇ ਅਕਾਲੀ ਦਲ ਇਕੱਠੇ ਸੀਗੇ। ਦੇਖੋ ਗੱਲ ਇਹ ਆ ਵੀ ਕੁਦਰਤੀ ਤੌਰ 'ਤੇ ਹੁੰਦਾ, ਹਰ ਪਾਰਟੀ ਦਾ ਆਪਣਾ ਆਪਣਾ ਵੋਟ ਬੈਂਕ ਹੁੰਦਾ, ਅਤੇ ਹਾਲਾਤਾਂ ਮੁਤਾਬਕ ਜਿਹੜਾ ਨਾ 5% ਪੱਕੇ ਵਰਕਰ ਹੁੰਦੇ ਨੇ ਹਰ ਪਾਰਟੀ ਦੇ, ਬਾਕੀ 95% ਤਾਂ ਹਾਲਾਤਾਂ ਮੁਤਾਬਕ ਵੋਟ ਜਿਹੜੀ ਆ ਇੱਧਰ ਉੱਧਰ ਟਿਲਟ ਹੁੰਦੀ ਰਹਿੰਦੀ ਆ, ਮਤਲਬ ਆਮ ਹਵਾ ਹਾਲਾਤਾਂ ਮੁਤਾਬਕ ਬਦਲਦੀ ਰਹਿੰਦੀ ਆ। ਸੋ ਅੱਜ ਜਿਹੜੇ ਹਾਲਾਤ ਨੇ, ਅੱਜ ਸਾਡੇ ਨਾਲ ਸਾਰਾ ਪੰਜਾਬ ਖੜਾ, ਪੰਜਾਬ ਦੇ ਵਿੱਚ ਹਰ ਵਰਗ, ਹਰ ਧਰਮ, ਹਰ ਜਾਤ, ਮਤਲਬ ਉਹਦੇ ਨਾਲ ਉਹਨਾਂ ਦੀ ਗਿਣਤੀ ਬੜੀ ਕਿਤੇ ਵੱਧ ਆ, ਕਿਸੇ ਪਾਰਟੀ ਦੇ ਨਾ ਸਾਡੇ ਕੋਲੋਂ ਪਰੇ ਜਾਣ ਨਾਲ, ਮਤਲਬ ਸਾਡੇ ਕੋਲ ਆਮ ਪੰਜਾਬੀਆਂ ਦੀ ਜਿਹੜੀ ਵੱਡੀ ਗਿਣਤੀ 'ਚ ਵੋਟ ਆਈ ਆ, ਉਹ ਸਾਡੇ ਲਈ ਬੜਾ ਵੱਡਾ ਸਹਾਰਾ। ਲੱਗਦਾ ਲੇਕਿਨ ਵੋਟ ਜਿਹੜੀਆਂ ਨੇ ਉਹ ਵੰਡੀਆਂ ਜਾਣਗੀਆਂ? ਨਹੀਂ, ਵੋਟਾਂ ਵੰਡੀਆਂ ਨਹੀਂ ਜਾਣੀਆਂ, ਬਲਕਿ ਪੰਜਾਬ ਦੇ ਨਾਂ 'ਤੇ ਵੋਟਾਂ ਜੁੜਨੀਆਂ, ਪੰਜਾਬ ਦੇ ਨਾਂ 'ਤੇ ਵੋਟਾਂ ਜਿਹੜੀਆਂ ਮਤਲਬ ਸਾਡੀ ਖੇਤੀ ਦੇ ਵਿੱਚ ਕਿਤੇ ਵੱਧ ਪੈਣਗੀਆਂ ਕਿਸੇ ਇੱਕ ਪਾਰਟੀ ਦੀ ਵੋਟ ਖਿਸਕਣ ਨਾਲੋਂ, ਕਿਉਂਕਿ ਸਾਡੇ ਆਪ ਪਾਰਟੀ ਵਾਲੇ ਵੀ, ਕਾਂਗਰਸ ਪਾਰਟੀ ਵਾਲੇ ਵੀ, ਹਿੰਦੂ ਵੀ, ਮੁਸਲਿਮ ਵੀ, ਸਿੱਖ ਵੀ, ਈਸਾਈ ਵੀ, ਪਰ ਧਰਮ ਜਾਤਾਂ ਤੋਂ ਉੱਪਰ ਉੱਠ ਕੇ ਪੰਜਾਬੀ ਹੋਣ ਦੇ ਨਾਤੇ ਲੋਕ ਸਾਡੇ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਆ, ਇਸ ਲਈ ਉਹਨਾਂ ਦੀ ਗਿਣਤੀ ਕਿਤੇ ਵੱਧ ਆ ਕਿਸੇ ਇੱਕ ਪਾਰਟੀ ਦੇ ਸਾਡੇ ਤੋਂ ਖਿਸਕਣ ਨਾਲੋਂ।